ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਜਣ ਚੜ੍ਹਦੀ ਕਲਾ 'ਚ ਉਮੀਦ ਕਰਦੇ ਹਾਂ ਤੁਸੀਂ ਸਾਜਣ ਠੀਕ ਠਾਕ ਹੋਵੋਗੇ। ਆਪਾਂ ਚੱਲੇ ਹਾਂ ਹੋਲੇ ਮਹੱਲੇ 'ਤੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਦੇ ਹਾਂ, ਨਾਲੇ ਆਪਣੀ ਹਾਜ਼ਰੀ ਆ ਤਖਤ ਸਾਹਿਬ 'ਤੇ। ਅੱਜ ਇੱਧਰ ਜਿੰਦ ਕੌਰ ਜੀ ਤੁਰੇ ਫਿਰਦੇ ਖਾਲਸਾ ਦੇ ਚਾਚਾ ਜੀ, ਫਤਿਹ ਬੁਲਾਓ। ਬਹਿ ਗਈ ਆ, ਪਹਿਲਾਂ ਜਿੰਦ ਕੌਰ ਨੂੰ ਵੀ ਖੜਨਾ ਸੀ ਪਰ ਅਸੀਂ ਹੁਣ ਲੈ ਕੇ ਨਹੀਂ ਚੱਲੇ ਹਾਂ, ਕਿਉਂਕਿ ਸੰਗਤ ਬਹੁਤ ਹੁੰਦੀ ਹੈ, ਪਤਾ ਤੁਰ ਕੇ ਜਾਣਾ ਪੈਂਦਾ ਹੈ ਨਾ, ਗੱਡੀਆਂ ਜਾਂਦੀਆਂ ਨਹੀਂ, ਫਿਰ ਇਹਦੇ ਪਾਪਾ ਨੂੰ ਔਖਾ ਹੋ ਜਾਂਦਾ, ਕਿਉਂਕਿ ਨਾ ਗੱਡੀ ਵੀ ਚਲਾਉਣੀ ਹੁੰਦੀ, ਕਿਉਂਕਿ ਮੇਰੇ ਤਾਂ ਚੁੱਕ ਨਹੀਂ ਹੁੰਦੀ ਲੱਕ ਦੀ ਪ੍ਰੋਬਲਮ ਕਰਕੇ, ਕਿਉਂਕਿ ਸਾਰਾ ਦਿਨ ਸਫ਼ਰ 'ਚ ਵੀ ਰਹੀਦਾ, ਉੱਦਾਂ ਵੀ ਓਪਰੇਸ਼ਨ ਕਰਕੇ ਨਾ, ਅਤੇ ਖਲਾਰੇ ਪਾ ਤੇ ਜਿੰਦ ਕੌਰ ਨੇ ਸਵੇਰੇ ਸਵੇਰੇ। ਜਿੰਦ ਕੌਰ ਦੇ ਪਿਤਾ ਜੀ, ਹਾਂਜੀ ਸਿੰਘ ਸਾਹਿਬ, ਥੈਂਕ ਧੰਨਵਾਦ ਤੁਹਾਡਾ। ਬੀਬੀ ਦੱਸ ਦੇ ਨਾਨੂ ਕਿੱਥੇ ਆ, ਬੀਬੀ ਦੱਸ ਦੇ ਕਿੱਦਾਂ ਤੁਰਦਾ, ਬੀਬੀ ਦੱਸ ਦੇ ਕਿੱਦਾਂ ਤੁਰਦਾ, ਬੀਬੀ ਕਿੱਦਾਂ ਤੁਰਦੀ ਆ, ਤੁਰ ਕੇ ਦਿਖਾਈ ਬੀਬੀ ਕਿੱਦਾਂ ਤੁਰਦੀ। ਅੱਛਾ ਭੂਆ ਆ, ਭੂਆ ਇੱਥੇ ਸੀ, ਇਹ ਵਾਲਾ ਭੂਆ ਤੀਜੀ ਦੇ ਦੋ ਲੈਣੀ ਆ, ਆਓ ਦੇ ਢਿੱਡੀ ਦੇ ਕੇ ਕਿੱਦਾਂ ਕੱਢੀ ਆ, ਦੁੱਧ ਪੀ ਕੇ ਅੱਡੀ ਆ, ਵਾਓ ਥੈਂਕ ਯੂ ਕਰੋ, ਥੈਂਕ ਯੂ ਹੱਥ ਜੋੜ ਕੇ, ਹੋਰ ਦੇ ਚੱਲ ਟੋਫੀ ਲੈ ਲਓ ਇੱਕ, ਥੈਂਕ ਯੂ, ਐ ਤਾਂ ਸਿਆਣਾ ਮੇਰਾ, ਥੈਂਕ ਯੂ ਥੈਂਕ ਯੂ। ਤੂੰ ਕਿਹੜੀ ਖਾਣੀ ਆ ਫਿਰ, ਤੇਰੇ ਕੋਲ ਕੀ ਰਹਿ ਗਿਆ, ਦੇ ਮੁੜ ਕੇ ਲੈਣੀਆਂ ਵੀ ਆ, ਉਹ ਦੇ ਜਿਹੜੀ ਹੈਗੀ ਆ। ਧਾਰਨਾ ਤੇ ਚੱਲਣ ਡੇ ਪਏ ਬਾਬਾ ਗੁਲਾਬ ਸਿੰਘ ਹੁਣੀ, ਆਨੰਦ ਲੈਂਦੇ ਜਾਈਦਾ ਵਾ, ਇੱਕ ਸਾਥੀ ਰਾਹ ਚੋਂ ਚੱਕਣਾ, ਹਾਜ਼ਰੀ ਆਪਣੀ ਮੈਨੂੰ ਲੱਗਦਾ 8:30, 8, 9, 9 ਵਜੇ ਤੱਕ ਆ, ਕਿਉਂਕਿ ਸ਼ਸਤਰ ਦਿਖਾਉਂਦੇ ਨਾ ਮਹਾਰਾਜ ਦੇ, ਉਹਨਾਂ ਤੋਂ ਬਾਅਦ ਆ। ਸਾਨੂੰ ਕਿਹਾ ਵਾ 7 ਵਜੇ ਪਹੁੰਚ ਗਿਆ, 7 ਵਜੇ ਪਹੁੰਚੂ ਨੂੰ ਤਾਂ ਗਿਆ ਵਾ, ਸੰਗਤ ਬਹੁਤ ਹੁੰਦੀ, ਅੰਦੇ ਸੰਗਤ ਇੰਨੀ ਆ ਕਿ ਰਾਹ ਕਿਸੇ ਬੰਦੇ ਨੂੰ ਨਹੀਂ ਮਿਲਦਾ ਅੰਦਰ ਪਹੁੰਚਣ ਨੂੰ, ਚਲ ਆਪਣੀ ਤਾਂ ਜਥੇ ਦੇ ਆ ਜਿਹੜੇ ਆਪਾਂ ਨੂੰ ਤਾਂ ਸਿਆਣ ਥਾਣੀ ਆਪਾਂ ਲੰਘ ਜਾਂਗੇ ਪਹੁੰਚਣੇ, ਐਰ ਕਿ ਬਹੁਤ ਉੱਥੇ ਤਾਂ ਹਰ ਸਾਲ ਹੀ ਬਹੁਤ ਘੱਟ ਹੁੰਦਾ ਵਾ, ਇਹ ਨਹੀਂ ਕਹਿ ਸਕਦੇ ਕਿ ਐਰ ਕਿ ਬਹੁਤ ਜ਼ਿਆਦਾ ਘੱਟ, ਹਰ ਸਾਲ ਇੱਦਾਂ ਹੀ ਲੱਗਦਾ ਕਿ ਵੱਧ ਗਿਆ ਵੱਧ ਗਿਆ, ਤਾਂ ਉਹਦੇ ਨਹੀਂ ਮਾਝੇ ਜਾਂਦੇ ਆ ਦਿਨਾਂ 'ਚ ਇੱਦਾਂ ਵਾ, ਆਹਦੇ ਮਾਝੇ ਜਿਹੜਾ ਮਰਜ਼ੀ ਪਿੰਡ ਲੁੱਟ ਲਓ ਆ ਦਿਨਾਂ 'ਚ, ਪਿਛਲੀ ਵਾਰ ਨਾ ਜਦੋਂ ਏਦਾਂ ਲੰਗਰ ਲੱਗਦੇ ਦੇਖਦੇ ਸੀਗੇ, ਏਦਾਂ ਕੁਛ ਹੁੰਦਾ ਸੀ, ਪਤਾ ਨੀ ਕੋਈ ਮਜਬੂਰੀ ਬਣ ਗਈ ਸੀ, ਜਾਣਾ ਸੀ ਬੜੂੰਦੀ ਜਾਣਾ ਸੀ ਨਾ ਨਗਰ ਕੀਰਤਨ, ਨਗਰ ਕੀਰਤਨ ਦੇ ਇੱਕ 25 ਦਾ ਪ੍ਰੋਗਰਾਮ ਵੀ ਸੀਗਾ, ਪਤਾ ਨੀ ਕਿੱਥੇ ਸੀ, ਜਿੰਦ ਕੌਰ ਨਾਲੇ ਛੋਟੀ ਸੀ, ਤੁਹਾਨੂੰ ਪਤਾ ਅੱਜ ਸਾਰਿਆਂ ਨੂੰ ਮੇਰਾ ਜਨਮ ਦਿਨ ਆ, ਕਾਗਜ਼ੀ ਸਾਲ ਚ ਦੋ ਵਾਰੀ ਲੈਣੀ ਆ, ਤੇ ਆ ਵੇਖੋ ਤੁਸੀਂ ਸਾਰੇ ਜਾਣੇ ਸਾਡੀਆਂ ਗੱਲਾਂ ਇਗਨੋਰ ਕਰੋ, ਅਸੀਂ ਤਾਂ ਐਵੇਂ ਹੱਸਦੇ ਰਹਿੰਦੇ, ਨੀਮ ਆ ਜੇ ਨਹੀਂ, ਜਿੱਦਾਂ ਜਿੱਦਾਂ ਵੇਖੀ ਜਾਂਦੇ ਐਡਵਾਂਸ ਹੋਈ ਜਾਂਦਾ, ਪਤਾ ਨੀ ਕਾਹਤੇ ਨਸ਼ੇ ਕਰਨ ਲੱਗ ਗਿਆ, ਇੱਥੇ ਹੀ ਪੀੜ ਕਰਦਾ ਜਦੋਂ ਕਰਦਾ ਇੱਥੇ, ਮੈਂ ਲੰਗਰ ਬਣੇ ਰਾਜ ਪਰ ਲੰਗਰ ਤੇ ਬਹਿ ਕੇ ਖਾਣ ਦਾ ਟਾਈਮ ਨਹੀਂ ਆ,
ਅਜਿੰਦ ਕੌਰ ਨੇ ਕੱਪ ਤੋੜਿਆ ਤੇ ਮੈਨੂੰ ਪਤਾ ਨਹੀਂ ਮੇਰਾ ਹੱਥ ਇੰਨੀ ਜ਼ੋਰ ਨਾਲ ਵੱਜਾ ਨਾ ਟੁੱਟੇ ਹੋਏ ਤੇ। ਚਲੋ ਯਾਰ ਆਪਾਂ ਲੈ ਲਈਏ ਕੌਫੀ, ਸਿੰਘ ਸਾਹਿਬ ਨੇ ਸਭ ਇੱਥੇ ਹੀ ਖਾ ਲਿਆ, ਆਪਾਂ ਖਾਊਂਗੇ ਬਾਹਲੀ ਗਰਮ ਆ। ਮੈਂ ਆਪੇ ਕਰਾਉਂਦੀ ਹੁੰਦੀ ਹਾਂ ਗਰਮ, ਸਿੰਘ ਸਾਹਿਬ ਗਰਮ ਹੈ ਮੇਰੇ ਵਾਲੇ ਖਾਣੇ 'ਚ ਰੱਖ ਦਿਉ। ਅਤੇ ਹੁਣ ਬਾਕੀ ਸਾਰੇ ਜਣੇ ਆਉਂਦੇ ਹੋਏ, ਇਹਨਾਂ ਨੇ ਇੱਥੇ ਕੱਪੜੇ ਚੇਂਜ ਕਰਨੇ ਸੀ। ਬਹਿ ਬਹਿ ਕੇ ਮੈਨੂੰ ਲੱਗਦਾ ਵਿਚਾਰੇ ਕਹਿੰਦੇ ਹੋਣੇ ਆ ਕਿ ਚਲੋ ਹੁਣ ਜਾਂ ਫਿਰ ਗੱਡੀ ਡੱਕਣ ਨੂੰ ਇੱਥੇ ਜਗ੍ਹਾ ਨਹੀਂ ਹੋਣੀ, ਬੱਸ ਡੱਕਣ ਨੂੰ ਇੱਥੇ ਤੋਂ ਡੱਕ ਜਾਣ ਦੇਣ ਬਸ। ਹਾਂ ਢਾਬੇ ਵਾਲੇ ਵਿਚਾਰੇ ਫ੍ਰੀ ਬੈਠੇ ਆ, ਬਸ ਵਾਲੇ ਦਾ ਟਾਇਰ ਪਾਟਾ ਟਾਇਰ ਬਦਲਦਾ ਆ। ਅੱਛਾ ਤਾਂ ਹੀ ਫਿਰ ਆਉਂਦੇ ਹੋਣੇ। ਦੇਖ ਲਓ ਆਪਾਂ ਕਿੱਦਾਂ ਇੱਕ ਵਾਰੀ 'ਚ ਕਿੰਨੀਆਂ ਕਿੰਨੀਆਂ ਗੱਲਾਂ ਸੋਚ ਲੈਂਦੇ ਹਾਂ ਨਾ, ਇੱਦਾਂ ਨਹੀਂ ਤਾਂ ਇੱਦਾਂ ਉਹ ਆਪਣੇ ਵੱਲੋਂ ਹੀ ਜਿਸ ਤਰ੍ਹਾਂ ਝੰਡੇ ਬੰਨੇ ਕਿਤੇ ਕੇਸਰੀ ਪਰਨੇ ਬੰਨ ਕੇ ਤੁਰ ਪੈਣ, ਪਰਨੇ ਬੰਨ ਕੇ ਤੁਰ ਪੈਣ। ਚਲੋ ਬਾਕੀ ਇਹਨਾਂ ਦੀ ਕੀ ਪਤਾ ਕਿਹੜੀ ਭਾਵਨਾ ਹੋਊ ਜਿਹੜੇ ਜਾਣ ਡੇ ਆ, ਪਰ ਕਾਲੇ ਜਿਹੜੇ ਝੰਡੇ ਹੁੰਦੇ ਰੋਸ ਦੇ ਹੁੰਦੇ ਨੇ। ਐਤਕੀ ਨੇ 100 ਬਹੁਤ ਬਣਾਉਂਦਾ ਭਾਵਨਾ ਕੇ ਬੰਨੇ, ਭਾਵਨਾ ਤਾਂ ਬਹੁਤ ਤੋਣੀਆਂ ਹੁੰਦੇ ਐਤਕੀ। ਤੌਣੀਆਂ ਬੁੱਲੜ ਬਾਜੀਆਂ ਕਰਨ ਵਾਲਿਆਂ ਦੀਆਂ ਸਿੱਧੀ ਡਾਂਗ ਹੁੰਦੇ ਤੇ ਕੋਈ ਗਾਂਹ ਨਹੀਂ ਹੁੰਦੇ। ਉਹਦਾ ਕਰਕੇ ਯਾਰ ਕਿ ਸਾਰਿਆਂ ਸਟੈਂਡ ਲੈਣਾ ਰੋਪੜ ਵਾਲੇ ਰਾਹ ਥਾਣੀ ਇੱਧਰ, ਮਤਲਬ ਕਿ ਥੋੜੀ ਸੰਗਤ ਬਹੁਤ ਜਾਂਦੀ ਹੈ, ਮਤਲਬ ਇੱਥੋਂ ਸ਼ੁਰੂ ਹੋ ਜਾਂਦੀ ਆ, ਮਤਲਬ ਪਿਛਲੇ ਰਾਹ ਦੇ ਉੱਤੇ ਨਹੀਂ ਨਜ਼ਰ ਆਉਂਦੀ ਵੀ ਹਾਂ ਵੀ ਇੰਨੀ ਸੰਗਤ ਇੱਧਰ ਆਨੰਦਪੁਰ ਦੀ ਸੰਗਤ ਉੱਧਰ ਤਾਂ ਉੱਧਰ ਬਹੁਤ ਹੁੰਦੀ ਹੈ, ਜਿੱਦਾਂ ਹੁਣ ਇੱਧਰ ਦਿਸੀ ਜਾਂਦੀਆਂ ਟਰਾਲੀਆਂ ਆਉਂਦੀਆਂ ਜਾਂਦੀਆਂ ਲੁੱਕ। ਉੱਧਰ ਇੱਕ ਸਿੰਗਰ ਰਾਹ ਵਾ, ਉਹ ਸਾਡੇ ਸਾਹਮਣੇ ਵੀ ਇੱਕ ਟਰਾਲੀ ਜਾਣ ਡਈ ਆ ਉੱਧਰ ਪਾ ਹੈ। ਹਾਂ ਕਾਰ ਸੇਵਾ ਵਾਲੇ ਬਾਬਿਆਂ ਬੜਾ ਤਕੜਾ ਸਰਕਾਰ ਦੇ ਵਿੱਚ ਪੇੜਾ ਉਹ ਬਿਲਕੁਲ ਉੱਧਰ ਜਿਹੜੀ ਸੜਕ ਬਣਾਉਂਦੇ ਆ। ਹਾਂ ਕਾਰ ਸੇਵਾ ਵਾਲਾ ਬਾਬੇ ਨੇ ਪਹਿਲਾਂ ਸਾਡੀ ਮੰਮੀ ਦਾ ਉਹਨੂੰ ਬਹੁਤ ਜੀ ਕਰਦਾ ਸੀਗਾ, ਜਗਦੀਪ ਕੌਰ ਮਾਤਾ ਦਾ, ਮਤਲਬ ਇੱਧਰੋਂ ਸਿੰਘ ਸਾਹਿਬ ਦੇ ਸਹੁਰੇ ਵਾਲੀ ਮਾਤਾ ਦਾ। ਵਾਓ ਕਿਆ ਖੂਬ ਨਜ਼ਾਰਾ ਹੈ, ਇਹਦੇ ਬੋਡੀ ਲਈ ਪੱਕੇ ਪ੍ਰਬੰਧ ਕੀਤੇ ਚੱਲ, ਬੜਾ ਮਜ਼ਾ ਆਵੇ ਟਰਾਲੀ 'ਚ ਜਾਣ। ਮੇਰੀ ਰੀਝ ਆ ਇੱਕ ਵਾਰ ਸਿੰਘ ਸਾਹਿਬ ਨੇ ਆਉਂਦੀ ਆਪਾਂ ਬੁਲਟ 'ਤੇ ਜਾਣਾ ਦੋਨਾਂ ਨੇ ਸਿੰਘ ਸਾਹਿਬ ਹੈ ਨਾ। ਪਿਛਲੀ ਵਾਰੀ ਜਿੰਦ ਕੌਰ ਸੀ ਫਿਰ ਨਵਾਂ ਨਵਾਂ ਵਿਆਹ ਹੋਇਆ ਸੀ ਉਦੋਂ ਸਿੱਧਾ ਪ੍ਰੋਗਰਾਮ ਤੋਂ ਆਏ ਸੀ ਤਾਂ ਕਰਕੇ ਗੱਡੀ 'ਚ ਆਉਣਾ ਪਿਆ ਸੀਗਾ। ਬੜੀ ਰੀਝ ਇੱਕ ਬੁਲਟ 'ਤੇ, ਇੱਕ ਲੰਡੀ ਜੀਪ 'ਤੇ, ਇੱਕ ਟਰਾਲੀ 'ਤੇ। ਮਤਲਬ ਇਹ ਇੱਦਾਂ ਨਹੀਂ ਕਿ ਹਾਂ ਮਤਲਬ ਕਿ ਸ਼ੋਸ਼ੇਬਾਜ਼ੀ ਦੀ ਮੈਮਰੀ ਕਰਕੇ ਨਾ ਔਖਾ ਹੋ ਜਾਂਦਾ, ਮੈਂ ਵੇਚੀ ਰਹਿ ਗਈ ਮੇਰੀ ਗੱਲ ਕਿ ਮਤਲਬ ਇੱਕ ਚਾਅ ਹੁੰਦਾ ਨਾ ਮਹਾਰਾਜ ਦੇ ਘਰ ਜਾਣ ਦਾ ਵੀ ਇੱਦਾਂ ਜਾਈਏ ਉੱਦਾਂ ਜਾਈਏ, ਮਤਲਬ ਚਲੋ ਮਹਾਰਾਜ ਦੀਆਂ ਦਿੱਤੀਆਂ ਸਹੂਲਤਾਂ ਵਾ ਦਿੰਦੇ ਆ, ਸਿੱਖ ਪੰਥ ਖਤਮ ਹੋ ਗਿਆ ਆਨੰਦਪੁਰ ਸਾਹਿਬ, ਕਿੰਨੀ ਸੰਗਤ ਆ ਐਵੇਂ ਮਰੀ ਜਾਂਦੇ ਰਹਿੰਦੇ। ਹਾਂ ਹਾਂ ਇੱਦਾਂ ਵਾ ਟੁੱਟੇ ਜ਼ਰੂਰ ਨੇ ਕਈ ਜਾਂ ਦੂਰ ਹੋਏ ਨੇ, ਪਰ ਸਾਰਿਆਂ ਨੂੰ ਰੰਗ ਇਹ ਚਾਅ ਕਰਕੇ ਜਾਣ ਡੇ ਜਿੰਨੇ ਜਾਣ ਡੇ ਆ। ਚਲੋ ਬਹੁਤਿਆਂ ਨੇ ਕਿ ਜਿੱਥੇ ਮਹੱਲਾ ਖੇਡਦੇ ਨੇ ਅੰਗ ਸਿੰਘ ਉਹਨਾਂ ਨੂੰ ਵੇਖਣ ਵਾਸਤੇ ਜਾਣਾ, ਕੋਈ ਲੰਗਰਾਂ ਦੇ ਜਿੰਨੇ ਜਿੰਨੇ ਹੀ ਸਰਦਾ, ਮੈਂ ਕਹਿੰਦੀ ਵਧੀਆ ਤਰੀਕੇ ਨਾਲ ਵੇਖੋ। ਹਾਂ ਪਰ ਵਿੱਚੋਂ ਜੇ 100 ਦੇ ਵਿੱਚੋਂ 2% ਹੁੱਲੜਬਾਜ਼ੀ ਕਰਦੇ ਆ ਉਹਨਾਂ ਖਾਤਰ ਸਾਰਾ ਕੰਮ ਖਰਾਬ ਹੋ ਜਾਂਦਾ, ਜਿਹਨੂੰ ਕਹਿੰਦੇ ਨੇ ਉਹਦੇ ਕੀਤੇ ਕਿਰਾਏ 'ਤੇ ਪਾਣੀ ਫਿਰ ਜਾਣਾ, ਉਹ ਸਿਸਟਮ ਕਰ ਦਿੰਦੇ ਆ ਕਈ ਵੀ ਸਾਰਾ ਕੰਮ ਖਰਾਬ ਕਰ ਦਿੰਦੇ ਦੂਜਿਆਂ ਦਾ। ਹੁਣ ਜਿੱਦਾਂ ਕਈ ਪਰਿਵਾਰ ਵਾਲੇ ਆ, ਹੁਣ ਅਸੀਂ ਜਿੰਦ ਕੌਰ ਨੂੰ ਛੱਡ ਕੇ ਆਏ ਹਾਂ ਸਿਰਫ ਇਸੇ ਕਰਕੇ ਕਿ ਆਪਾਂ ਤਾਂ ਆਪਾਂ ਆਪਣਾ ਆਪ ਲਈ ਫਿਰਾਂਗੇ ਪਰ ਬੱਚਿਆਂ ਨਾਲ ਔਖਾ ਹੋ ਜਾਂਦਾ। ਗਾਂ ਦੀ ਗਾਂ ਚਲੋ ਵੱਧਦੀਆਂ ਜਾਂਦੀਆਂ ਸਹੂਲਤਾਂ ਕਿ ਬੱਚਿਆਂ ਦਾ ਪ੍ਰਬੰਧ ਹੋ ਜਾਂਦਾ ਹਨਾ, ਪਿਛਲੀ ਵਾਰੀ ਅਸੀਂ ਗਏ ਨੀ ਕੋਈ ਟਰਾਲੀ ਲੰਘਣੀ ਕੋਈ ਗੱਡੀ ਨਿਕਲਣੀ ਬਸ ਇੱਕੋ ਹੀ ਆਵਾਜ਼ ਨਿਕਲਦੀ ਹਾਏ ਕਿ ਆਪਾਂ ਕਾਹਦੇ ਨੀ ਜਾਣ ਡੇ। ਮਤਲਬ ਹਰੇਕ ਵਾਰੀ ਚਾਅ ਹੁੰਦਾ ਮਹਾਰਾਜ ਦੀ ਕਿਰਪਾ ਨਾਲ 2017-18 ਤੋਂ ਆਉਣ ਡੇ ਆ ਅਸੀਂ
ਕਿਉਂਕਿ ਮੈਂ 2012 ਤੋਂ ਤੁਸੀਂ ਤੇ ਮਾਰੇ ਤੁਹਾਡੇ ਤਾਂ ਕੀ ਕਹਿਣੇ ਆ ਤੁਸੀਂ ਤੇ ਨਹੀਂ 12 ਤੋਂ 2010 ਸਿੰਘ ਸਾਹਿਬ ਕੀਰਤਪੁਰ ਸਾਹਿਬ ਆਉਣ ਵਾਲਾ ਆਪਾਂ ਰਾਹ ਦੂਜੇ ਮੁੜਨਾ ਤੁਹਾਨੂੰ ਮੈਂ ਯਾਦ ਕਰਾਤਾ ਮੈਂ ਚਲੋ ਤੁਸੀਂ ਵੀ ਨੰਦ ਤੁਹਾਨੂੰ ਵੀ ਕਿੰਨਾ ਨਜ਼ਾਰਾ ਆਊਗਾ ਦੇਖ ਕੇ ਵਲੌਗ ਨੂੰ ਕਿ ਹਾਂ ਬਈ ਵੀ ਇੱਦਾਂ ਗਏ ਨੇ ਉਹ ਜਿੱਦਾਂ ਜਿਹੜੇ ਬਾਹਰ ਬੈਠੇ ਨੇ ਜਾਂ ਜਿਹੜੇ ਨਹੀਂ ਵੇਖਣ ਵਾਸਤੇ ਗਏ ਤੇ ਕੀ ਨੰਦ ਹੈਗਾ ਉਹ ਗੋਪੀ ਉਹ ਤੜਫਣ ਦੇ ਆਵਾ ਤਕਾਲ ਲਾ ਉਹ ਤੜਫਣ ਦੇ ਉਹ ਕਾਰਡ ਨਹੀਂ ਮਿਲਿਆ ਉਹ ਪੂਰੀਆਂ ਮਾਰ ਜਾਂਦੀਆਂ ਉਹਨੂੰ ਹੁਣ ਉਹਦਾ ਕਾਰਡ ਨਹੀਂ ਮਿਲਿਆ ਬਾਹਰ ਉਹ ਕਹਿੰਦਾ ਮੈਂ ਰੋਣ ਡਿਆ ਵਾ ਕਾਹਤੇ ਨਹੀਂ ਜਾਣ ਦੇ ਕਹਿੰਦਾ ਜੇ ਮੈਨੂੰ ਅੱਜ ਵੀ ਕਾਰਡ ਮਿਲ ਜਾਂਦਾ ਮੈਂ ਰਾਤ ਦੀ ਫਲਾਈਟ ਲੈ ਕੇ ਸਵੇਰ ਨੂੰ ਮੱਲੇ ਤੇ ਪਹੁੰਚ ਜਾਣਾ ਵਾ ਇਦਾਂ ਦੇ ਹਿਸਾਬ ਆ ਬੰਦਿਆਂ ਦੇ ਅੰਦਰ ਕਿ ਇਹ ਚਾਹ ਹੁੰਦਾ ਮਾਰੇ ਕੁਦਰਤੀ ਆ ਕਿ ਚੱਲੀਏ ਵੀ ਦੇਖ ਕੇ ਆਈਏ ਇੱਕ ਮਾਰੇ ਦੀ ਸੰਗਤ ਵੱਖਰੀ ਜਿਹੀ ਫੀਲਿੰਗ ਹੁੰਦੀ ਆ ਕੋਈ ਇਦਾਂ ਨਹੀਂ ਲੱਗਦਾ ਵੀ ਇਹ ਬਗਾਨਾ ਵਾ ਤਾਂ ਕਿੱਦਾਂ ਵੀਰ ਭਾਈ ਲੱਗਦੇ ਆ ਆਪਣੇ ਭੈਣਾਂ ਲੱਗਦੀਆਂ ਨੇ ਹਨਾ ਕਿੱਦਾਂ ਤੇ ਸਾਰੇ ਇਕੱਠੇ ਇਕੱਠੇ ਤਰੇ ਫਿਰਦੇ ਆ ਪਰਿਵਾਰ ਵਿਛੋੜਾ ਸਾਹਿਬ ਬਿਲਕੁਲ ਉਹ ਸਾਹਮਣੇ ਗੇਟ ਆ ਨਾ ਇੱਧਰ ਨੂੰ ਜਾ ਕੇ ਜਿੱਦਾਂ ਆਪਾਂ ਗਏ ਸੀ ਸਾਰੇ ਦਰਸ਼ਨ ਕੀਤੇ ਸੀ ਅਨੰਦਪੁਰ ਸਾਹਿਬ ਤੋਂ ਲੈ ਕੇ ਫਤਿਹਗੜ੍ਹ ਸਾਹਿਬ ਤੱਕ ਮਤਲਬ ਸਿੰਘ ਸਾਹਿਬ ਨੇ ਸਾਡਾ ਵਿਆਹ ਹੋਇਆ ਨਾ ਅਸੀਂ ਗੁਰੂ ਘਰਾਂ ਦੀ ਜ਼ਿਆਦਾ ਯਾਤਰਾ ਕੀਤੀ ਆ ਹਜ਼ੂਰ ਸਾਹਿਬ ਗਏ ਅਸੀਂ ਹੋਰ ਕਿਤੇ ਨਹੀਂ ਘੁੰਮਣ ਵਾਸਤੇ ਗਏ ਮਤਲਬ ਗੁਰਦੁਆਰਾ ਸਾਹਿਬ 'ਚ ਗਏ ਹਾਂ ਉੱਦਾਂ ਕਿਤੇ ਜਾਣ ਨੂੰ ਸਾਡਾ ਸਮਾਂ ਹੀ ਨਹੀਂ ਰਿਹਾ ਕਿਉਂਕਿ ਸਮਾਗਮ ਹੁੰਦੇ ਸੀਗੇ ਜਾਵਾਂਗੇ ਕਦੇ ਥੋੜ੍ਹਾ ਸਮਾਂ ਵਿੱਚੋਂ ਲੈ ਕੇ ਜਿੱਦਾਂ ਹਫ਼ਤੇ ਕੁ ਦਾ ਪਰ ਮਹਾਰਾਜ ਦੇ ਦਰਸ਼ਨ ਕਰੀਦੇ ਜ਼ਿਆਦਾਤਰ ਨਗਰੋਟੇ ਗਏ ਹਾਂ ਉੱਥੇ ਵੀ ਮਹਾਰਾਜ ਦੇ ਨਾਲ ਦਰਸ਼ਨ ਕੀਤੇ ਉਹ ਤਾਂ ਨੰਦ ਹੀ ਵੱਖਰਾ ਸੀ ਬਾਬਾ ਨੰਦ ਸਿੰਘ ਜੀ ਹੋਣਾ ਦਾ ਸਥਾਨ ਸੀ ਚਲੋ ਆਪਾਂ ਵਲੌਗ ਤੁਹਾਡੇ ਨਾਲ ਕੰਟੀਨਿਊ ਕਰਦੇ ਮੈਨੂੰ ਲੱਗਦਾ ਵੱਡਾ ਹੀ ਵਲੌਗ ਬਣੂਗਾ ਸਾਰੇ ਤੁਸੀਂ ਐਂ ਫੀਲ ਕਰਿਓ ਵੀ ਅਸੀਂ ਨਾਲ ਨਾਲ ਜਾਣ ਡਿਆ ਮੈਂ ਮੇਰਾ ਦਿਲ ਨਾ ਅੱਜ ਬਾਗੋ ਬਾਗ ਹੋਇਆ ਮੈਂ ਇੰਨੀ ਖੁਸ਼ ਹਾਂ ਨਾ ਅੱਜ ਮਹਾਰਾਜ ਕਿਰਪਾ ਹੀ ਰੱਖੇ ਮੇਰਾ ਪਤਾ ਨਹੀਂ ਲੱਗਦਾ ਉਹਦਾ ਮੂਡ ਕਿਹੜੇ ਟਾਈਮ ਤੋਂ ਬਦਲ ਜਾਣਾ ਬਹੁਤ ਕਾਹਲੀ ਮੇ ਲੱਗਦੇ ਆ ਜਨਾਬ ਹਾਏ ਹਾਏ ਰੱਬਾ ਹਾਏ ਹਾਏ ਰੱਬਾ ਦੇਖ ਲਾ ਸੰਗਤ ਦੀ ਸੰਗਤ ਦੇਖ ਲਾ ਆਪਣੇ ਮਹਾਰਾਜ ਦੇ ਕੋਲ ਜਾਣ ਨੂੰ ਸਿੰਘ ਸਾਹਿਬ ਬੜਾ ਆਨੰਦ ਆਇਆ ਜੀ ਵਾਹਿਗੁਰੂ ਮੈਂ ਤੁਹਾਨੂੰ ਡਾਇਰੈਕਟ ਟਾਈਮ ਦੱਸਿਆ ਜੀ ਨਾ ਜਾਮ ਕਿੱਥੇ ਟੱਕਰਨਾ ਵਾ ਟੋਲ ਪਲਾਜ਼ਾ ਜਾਮ ਹੀ ਦੇਖ ਲਿਆ ਪਾਣੀ ਤਾਂ ਮੇਰਾ ਘਰ ਵਾਲਾ ਮੇਰੇ ਬਹੁਤ ਘੋਲਾ ਰਹਿੰਦਾ ਵਾ ਕਿ ਥੱਲੇ ਜਿਹੜਾ ਦਰਿਆ ਲੰਘੇ ਉਹ ਪਾਣੀ ਘੱਟ ਗਿਆ ਪਾਣੀ ਚ ਖਲੋ ਰਿਹਾ ਰੇੜ ਕੇ ਲੈ ਜਾਂਦਾ ਇਹਨਾਂ ਤੇ ਬਾਬਾ ਜੀ ਡੂੰਗਾ ਨਹੀਂ ਹੈ ਪੱਥਰ ਥੱਲੇ ਦੇ ਕੀ ਬਾਤ ਹੈ ਕੀ ਬਾਤ ਹੈ ਮਜ਼ਾ ਹੋਣ ਡਿਆ ਨਾ ਮੇਰੀ ਲੱਤ ਦੂਰੀ ਹੋ ਗਈ ਤੁਹਾਨੂੰ ਮਜ਼ਾ ਕਲਾ ਚ ਨਾ ਆਪਣਾ ਪੁੱਛ ਸਾਨੂੰ ਚਾਹ ਹੋਣ ਡਿਆ ਕਦੋਂ ਨਾਨਪੁਰ ਸਾਹਿਬ ਪਹੁੰਚੇ ਬੜਾ ਵਾ ਹੈਗਾ ਨਾ ਆਹੋ ਵਾਹਿਗੁਰੂ ਆਹ ਕੰਮ ਨਾ ਖਰਾਬ ਕਰਿਆ ਕਰੋ ਭਾਈ ਸਾਹਿਬ ਮੱਥਾ ਟਕਾ ਟਕੂ ਕੇ ਲੈ ਗਏ ਉੱਥੇ ਮਣੀਕਰਨ ਸਾਹਿਬ ਉੱਥੇ 2-3 ਘੰਟੇ ਸਵਾ ਕੇ ਲੈ ਗਿਆ ਮਨਾਲੀ ਉੱਥੋਂ ਤਾਂ ਬਰਪੁਰ 2 ਘੰਟੇ ਖੜਾ ਕੇ ਤੇ ਮੈਂ ਘਰੇ ਤਾਰ ਤਾਂਗੇ ਤਿੰਨਾਂ ਦਿਨਾਂ ਜੀ ਇੰਨਾ ਟੂਰ ਕਰਤਾ ਨੇ ਕਰਦੇ ਨੇ ਗਾਂ ਨੂੰ ਤਿੰਨਾਂ ਜਾਂਦੇ ਅਨੰਦਪੁਰ ਸਾਹਿਬ ਉਨਾ ਅਸੀਂ ਜਾਣਾ ਮਲਾਨੀ ਕਹਿਣ ਲੱਗੀ ਸੀ ਮਨਾਲੀ ਮਨਾਲੀ ਵਾਲੇ ਰਾਹ ਨੂੰ ਹੁਣ ਮੈਂ ਸਿੱਧਾ ਵੀ ਰਾਹ ਖਾਲੀ ਅਨੰਦਪੁਰ ਸਾਹਿਬ ਆਣਾ ਅੱਜ ਆ ਸਿੱਧਾ ਉੱਪਰ ਨੂੰ ਜਿਹੜਾ ਜਾਂਦਾ ਥੱਲੇ 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 ਆਪਾਂ ਭਰਿਆ ਵਾ ਜੀ ਖਾਲੀ ਦੇ ਲੱਗਦੇ ਮੇਰਾ ਤਾਂ ਅੱਜ ਜੀ ਕਰਦਾ ਮੈਂ ਸਾਰੇ ਮੂਮੈਂਟ ਕੈਪਚਰ ਕਰਾਂ ਆਹ ਵੇਖੋ ਮਹਾਰਾਜ ਦੇ ਸਥਾਨ ਫੋਨ ਚ ਨਹੀਂ ਨੇ ਸੋਹਣੇ ਲੱਗਦੇ ਜਿੱਦਾਂ ਦੇਖਣ ਨੂੰ ਲੱਗਣ ਡਿਆ ਨਾ ਸਿੰਘ ਸਾਹਿਬ ਕੀ
ਅੱਗੇ ਪਹਾੜ ਦੇਖਣੇ ਚਾਹ ਚੜ ਜਾਣਾ ਤੇ ਅਸੀਂ ਹੁਣ ਪਹਾੜਾਂ ਚ ਰਹਿ ਨਾ ਆਏ ਸੀ ਕੈਨੇਡਾ ਹਨਾ ਕਿਸਮਤ ਪਹਾੜ ਹੀ ਪਹਾੜ ਜਿੱਥੋਂ ਮਹਾਰਾਜ ਨੇ ਪਤਾਲਪੁਰੀ ਪ੍ਰਗਟ ਕੀਤਾ ਮਾਰ ਕੇ ਲੋਕੀ ਕਹਿੰਦੇ ਵੀ ਸੰਗਤ ਘਟ ਗਈ ਕਿੱਥੇ ਘਟ ਗਈ ਆ ਜੀ ਵਧੀ ਲੱਗਦੀ ਹੈ ਅੱਗੇ ਲੋਕਾਂ ਨੂੰ ਇੰਨਾ ਪਤਾ ਨੀ ਸੀ ਹੋਲੇ ਮਹੱਲੇ ਦਾ ਜੀ ਫੇਰ ਵੀ ਬੜੇ ਆਉਂਦੇ ਹੁੰਦੇ ਸੀ ਮਤਲਬ ਕਿ 10-15 ਸਾਲ ਪਹਿਲਾਂ ਜਿੱਦਾਂ ਨੌਜਵਾਨ ਜਿੱਦਾਂ ਹੋ ਗਏ ਹੁਣ ਤਾਂ ਇਹਦਾ ਉਤਸ਼ਾਹ ਵਾ ਸਾਰਿਆਂ ਦੇ ਵਿੱਚ ਚਲੋ ਭਾਵੇਂ ਬੇਸ਼ੱਕ ਉਹਨਾਂ ਨੂੰ ਚਾਹ ਵਾ ਟਰੈਕਟਰ ਵਧੀਆ ਸ਼ਿੰਗਾਰੇ ਆ ਜਾਂ ਕਿਵੇਂ ਜਾਣ ਦਾ ਚਲੋ ਇਸ ਤਰੀਕੇ ਨਾਲ ਕਿਸੇ ਨਾ ਕਿਸੇ ਲਾਲਚ ਚ ਆਉਣ ਤਾਂ ਸਹੀ ਪਤਾ ਨੀ ਕਿਹਦੇ ਮਨ ਪਿਛਲੇ ਸਾਲ ਨੀ ਸੀ ਆਏ ਵਿਆਹ ਵਾਲੇ ਸਾਲ ਆਏ ਸੀ ਪਿਛਲੇ ਸਾਲ ਜਿੰਦ ਛੋਟੀ ਸੀ ਫਿਰ ਮੇਰਾ ਓਪਰੇਸ਼ਨ ਹੋਇਆ ਸੀ ਨਾ ਤਾਂ ਕਰਕੇ ਫਿਰ ਜ਼ਿਆਦਾ ਪਿਛਲੇ ਤੋਂ ਪਿਛਲੇ ਆਏ ਪਿਛਲਾ ਸਾਲ ਹੀ ਮਿਸ ਹੋਇਆ ਓਦਾਂ ਤਾਂ ਆਉਂਦੇ ਰਹੇ ਲਗਾਤਾਰ ਹੈ ਜਿਹੜਾ ਰਸਤਾ ਸਾਨੂੰ ਸਾਡੇ ਦਲ ਪੰਥ ਵੱਲੋਂ ਦੱਸਿਆ ਗਿਆ ਵਾ ਸਾਡੇ ਸੰਪਰਦਾ ਵੱਲੋਂ ਅਸੀਂ ਉਹ ਉਧਰ ਰਾਹ ਨੂੰ ਤੁਰ ਪਏ ਆ ਵੇਖੋ ਵੀ ਆਪਾਂ ਉਦਾਂ ਹੀ ਹਾਸਾ ਵਿਆਹ ਕਰਨ ਲੱਗੇ ਹੈ ਨਾ ਜੀ ਨਾ ਆਦੇ ਭਰਾ ਲੱਗੇ ਹੋਏ ਰੰਗ ਰੁੰਗ ਪਾਉਣ ਅੱਜ ਹੋਲੀ ਕਰਕੇ ਨਾ ਚਲੋ ਰਾਹ ਵੇਖੋ ਤੁਸੀਂ ਹੁਣ ਫੇ ਇਹ ਨਾਲ ਨਾਲ ਜਾਣਾ ਇੱਧਰ ਹੀ ਨਹਿਰ ਤੇ ਕਿਹੜਾ ਪੁਲ ਬੰਦ ਵਾ ਨਹੀਂ ਤਾਂ ਪੁਲ ਦੱਸਣ ਦੀ ਨੈਵੀਗੇਸ਼ਨ ਨਿਆਂ ਦੀ ਮੋੜੋ ਓ ਅੱਛਾ ਠੀਕ ਹੈ ਸਾਡੇ ਇੱਕ ਮੇਰੇ ਸਿੰਘ ਸਾਹਿਬ ਹੋ ਗਏ ਅੱਜ ਇਹਨਾਂ ਨੇ ਨੀਲਾ ਪਾਣੀ ਦੇਖ ਲਿਆ ਪਾਣੀ ਪਾਣੀ ਮੈਨੂੰ ਤਾਂ ਇੰਨੀ ਖਿੱਚ ਚੜਾਉਂਦੇ ਨਾ ਅਸੀਂ ਨੱਥੂਪੁਰ ਜਾਣਾ ਹੋਵੇ ਤਾਂ ਵੀ ਦੋ ਦਰਿਆ ਪਾਰ ਕਰਨੇ ਪੈਂਦੇ ਆ ਇੱਧਰ ਨੂੰ ਅੰਮ੍ਰਿਤਸਰ ਸਾਹਿਬ ਉਹਨੇ ਚੁੱਪ ਜਾਓ ਤਾਂ ਵੀ ਦਰਿਆ ਇਹਨਾਂ ਕਹਿੰਦੇ ਉਹ ਪਾਣੀ ਕਿੰਨਾ ਘੱਟ ਗਿਆ ਉਹ ਅੱਜ ਪਾਣੀ ਕਿੰਨਾ ਵੱਧ ਗਿਆ ਮੇਰਾ ਕਹਿੰਦੀ ਨੀ ਮੈਨੂੰ ਨਾ ਦਿਖਾਓ ਬਸ ਜੇਕਰ ਆਵਾਂ ਨੂੰ ਜਾਣਾ ਹੋਵੇ ਤਾਂ ਵੀ ਵਿੱਚ ਆਉਂਦਾ ਸੱਤ ਲੋਜ ਓਏ ਪਾਣੀ ਓਏ ਪਾਣੀ ਮੰਮੀ ਦਾ ਫੋਨ ਆਇਆ ਮੇਰਾ ਬੜਾ ਜੀ ਕਰਨ ਡਿਆ ਮੇਰਾ ਸਿਰ ਅੱਜ ਇੰਨਾ ਦੁਖਿਆ ਪਰ ਮੈਂ ਫੀਲ ਹੀ ਨੀ ਕੀਤਾ ਕਿ ਇੰਨਾ ਚਾਹ ਚੜ੍ਹਨ ਡਿਆ ਕਿ ਛੇਤੀ ਪਹੁੰਚੀ ਅਸੀਂ 11 ਵਜੇ ਤੇ ਤੁਰੇ ਹੋਏ ਤੇ 3 ਵੱਜ ਗਏ ਜੀ ਹਿਸਾਬ ਲਾ ਲਓ ਹਨਾ ਚਾਹ ਚਾਹ ਦੇ ਵਿੱਚ ਹੀ ਨੀ ਸਫ਼ਰ ਫੀਲ ਹੋਣ ਡਿਆ ਇੱਥੇ ਤੱਕ ਜਾਣਾ ਹੋਵੇ ਨਵੇਂ ਸ਼ਹਿਰ ਤੱਕ ਹਜੇ ਪਹੁੰਚੇ ਨੀ ਅੱਜ ਕੁਦਰਤੀ ਮਹਾਰਾਜ ਵੱਲੋਂ ਕਮਾਲ ਹੋ ਪਿਛਲੀ ਆਦੀ ਨੀਂਦ ਲਾ ਲਈਂਦੀ ਨੇ ਜਦੋਂ ਪ੍ਰੋਗਰਾਮ ਹੈ ਜਸ ਪਾਲ ਕਾ ਨੀਂਦ ਲਾ ਲਈ ਹੈ ਨਹੀਂ ਨਹੀਂ ਅੱਗੇ ਲਾ ਲਈਂਦੀ ਅੱਜ ਨਹੀਂ ਸੁੱਤੀ ਆਹੋ ਮੇਰਾ ਤੇ ਆਪ ਦੁਖਣ ਡਿਆ ਪਤਾ ਨਹੀਂ ਕਾਹਦੇ ਲਓ ਬਈ ਮਹਾਰਾਜ ਦੀ ਨਗਰੀ ਦੇ ਵਿੱਚ ਫਾਈਨਲੀ ਪਹੁੰਚ ਗਏ ਤਕਰੀਬਨ 4 ਵਜੇ ਦੇ ਸਮੇਂ ਕੰਮ ਨਹੀਂ ਮਿਲਿਆ ਸਾਨੂੰ ਮਹਾਰਾਜ ਦੀ ਕੁਦਰਤੀ ਮਹਾਰਾਜ ਵੱਲੋਂ ਇੱਕ ਰਹਿ ਗਿਆ ਉਹ ਵੀ ਮਹਾਰਾਜ ਨੇ ਟਪਾ ਦੇਣਾ ਹੀ ਆਪੇ ਮਹਾਰਾਜ ਨੇ ਟਪਾ ਗੱਡੀ ਟਿਕਾਣੇ ਚਲ ਜਾਵੇ ਆਨੰਦ ਹੀ ਆਨੰਦ ਆ ਆ ਵੇਖੋ ਵਿਰਾਸਤ ਤੇ ਖਾਲਸਾ ਨਹੀਂ ਆ ਚਲੋ ਇੱਧਰ ਨੂੰ ਮੁੜਨਾ ਆਪਾਂ ਜੀ ਆਹੀ ਹੈ ਜੀ ਆਪਾਂ ਪਹੁੰਚ ਗਏ ਆ ਵੀ ਆਨੰਦਪੁਰ ਸਾਹਿਬ ਜਿੱਥੇ ਫਾਈਨਲੀ ਆਪਣੇ ਟਿਕਾਣੇ ਤੇ ਲੱਗਣਾ ਸੀ ਨਾ ਉਹਨੇ ਬਹੁਤ ਸੋਹਣੀਆਂ ਬਣਾਈਆਂ ਵਾ ਟਰਾਲੀਆਂ ਇੱਥੇ ਬੈਠੇ ਹੁੰਦੇ ਆ ਪ੍ਰਿੰਸ ਵੀਰ ਹੋਣੀ ਸੋਮਵੀਰ ਜੀ ਦੇ ਦੋਸਤ ਹੁਣ ਆਪਾਂ ਚੱਲਦੇ ਹਾਂ ਕਿਤੇ ਨਾ ਕਿਤੇ ਗੱਡੀ ਟਿਕਾਣੇ ਲੱਗ ਜਾਵੇ ਇੱਕ ਵਾਰ ਕਿੱਦਾਂ ਵੇ ਕਿੰਨਾ ਕੁ ਸਫ਼ਰ ਕਰ ਲਿਆ ਅੱਜ
ਤੁਰ ਪਏ ਸਾਨੂੰ ਪਹੁੰਚੀ ਤਾਂ ਪਤਾ ਲੱਗਣ ਦੇ ਸਹੀ ਦੇਖਿਆ ਵੇ ਆਪਾਂ ਜਿੱਥੇ ਜਾਈਏ ਸਾਡੇ ਵੀਰ ਭਰਾ ਹੁੰਦੇ ਹੀ ਆ ਆਪਾਂ ਉਹਨਾਂ ਦੇ ਕਮਰੇ 'ਤੇ ਕਰ ਲਿਆ ਕਬਜ਼ਾ ਸਿਰਫ ਡੇਢ ਕੁ ਘੰਟੇ ਵਾਸਤੇ ਅਤੇ ਚਲੋ ਥੋੜ੍ਹਾ ਜਿਹਾ ਦਿਨ ਠੰਡਾ ਪੈਂਦਾ ਨਾਲੇ ਰੈਸਟ ਹੋ ਜੂਗੀ ਅਤੇ ਫਿਰ ਆਪਾਂ ਚੱਲਦੇ ਹਾਂ ਇਹਨਾਂ ਜਲ ਪਾਣੀ ਛਕ ਲਿਆ ਆਪਾਂ ਨੂੰ ਭੁੱਖ ਨਹੀਂ ਸੀ ਅਤੇ ਇਹ ਮੇਰੇ ਨੌਂ ਨੀਲੇ ਪਤਾ ਕਿੱਦਾਂ ਹੋਏ ਆ ਚੁੰਨੀ ਜਾਂ ਪਰਨੇ ਦਾ ਰੰਗ ਲੱਗ ਲੱਗ ਕੇ ਲੁੱਕ ਫੋਨ ਨਹੀਂ ਲੱਗਣ ਦਿਆ ਹੋਏ ਅਤੇ ਤੁਸੀਂ ਇੱਥੇ ਫੋਨ ਲਾਉਣ ਆਈ ਆ ਕੋਈ ਲੋੜ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਖਾਲਸਾ ਪੰਥ ਪ੍ਰਗਟ ਕੀਤਾ ਜਿਹੜੇ ਕਹਿੰਦੇ ਸਨ ਕਾਮ ਹਮਾਰਾ ਤੋਲਣ ਤੱਕੜੇ ਨੰਗੇ ਕਰਦ ਕਦੇ ਨਹੀਂ ਪਕੜੇ ਚਿੜੀ ਉੱਡੀ ਡਰ ਸੇ ਮਰ ਜਾਊਂ ਦੁਸ਼ਮਣ ਸੇ ਕੈਸੇ ਲੜ ਪਾਊਂ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਅੰਮ੍ਰਿਤ ਛਕਾ ਕਰਕੇ ਉਹਨਾਂ ਅੰਦਰ ਐਸੀ ਨਾਮ ਸ੍ਰੀ ਵਾਹਿਗੁਰੂ ਇਸ ਸ਼ਸਤਰ ਦਾ ਨਾਮ ਹੈ ਨਾਗਨੀ ਬਰਸ਼ਾ ਜਦੋਂ ਪਹਾੜੀ ਰਾਜਿਆਂ ਅਤੇ ਮੁਗਲ ਫੌਜਾਂ ਨੇ ਸ੍ਰੀ ਅਨੰਦਪੁਰ ਸਾਹਿਬ ਜੀ ਨੂੰ ਘੇਰਾ ਪਾ ਰੱਖਿਆ ਸੀ ਬੜੇ ਹੀਲੇ ਵਸੀਲੇ ਕੀਤੇ ਬੜੇ ਯਤਨ ਕੀਤੇ ਪਰ ਸ੍ਰੀ ਅਨੰਦਪੁਰ ਸਾਹਿਬ ਜੀ ਉੱਤੇ ਜਿੱਤ ਪ੍ਰਾਪਤ ਨਾ ਕਰ ਸਕੇ ਫਿਰ ਉਹਨਾਂ ਦੇ ਜਰਨੈਲਾਂ ਨੇ ਰਲ ਕੇ ਇੱਕ ਮੀਟਿੰਗ ਕੀਤੀ ਉਹਨਾਂ ਆਖਿਆ ਕਿ ਸਭ ਤੋਂ ਪਹਿਲਾਂ ਲੋਹਗੜ੍ਹ ਦੇ ਕਿਲ੍ਹੇ ਉੱਤੇ ਕਬਜ਼ਾ ਕੀਤਾ ਜਾਵੇ ਲੋਹਗੜ੍ਹ ਦੇ ਕਿਲ੍ਹੇ ਦੇ ਵਿੱਚ ਸਤਿਗੁਰਾਂ ਦਾ ਸ਼ਸਤਰ ਬਣਾਉਣ ਦਾ ਕਾਰਖਾਨਾ ਸੀ ਉਹਨਾਂ ਸਕੀਮ ਲਾਈ ਉਹਨਾਂ ਆਖਿਆ ਕਿ ਲੋਹਗੜ੍ਹ ਦੇ ਕਿਲ੍ਹੇ ਜੀ ਇਸ ਸ਼ਸਤਰ ਦਾ ਨਾਮ ਹੈ ਕਿਰਪਾ ਬਰਸ਼ਾ ਇਸ ਦੇ ਨਾਲ ਦੋ ਸਾਖੀਆਂ ਜਗਤ ਪ੍ਰਸਿੱਧ ਹਨ ਪਹਿਲੀ ਸਾਖੀ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਿਕਾਰਯੋਗ ਮਾਤਾ ਜੀ ਮਾਤਾ ਦੀਪੋ ਜੀ ਨੂੰ ਵਿਆਹੁਣ ਵਾਸਤੇ ਗੁਰੂ ਕੇ ਲਾਹੌਰ ਵਿਖੇ ਬਰਾਤ ਲੈ ਕਰਕੇ ਗਏ ਉੱਥੋਂ ਦੀਆਂ ਸੰਗਤਾਂ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਸਤਿਗੁਰੂ ਜੀ ਗਰਮੀ ਬਹੁਤ ਹੈ ਔਰ ਇੱਥੇ ਪਾਣੀ ਦੀ ਬਹੁਤ ਘਾਟ ਹੈ ਜਲ ਦੀ ਬਹੁਤ ਕਿੱਲਤ ਹੈ ਸਤਿਗੁਰ ਸਾਹਿਬਾਂ ਜੀ ਨੇ ਆਪਣੇ ਸੇਵਕਾਂ ਸਿੱਖਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆ ਆਪਣੇ ਕਰ ਕਮਲਾਂ ਦੇ ਵਿੱਚ ਇਹ ਵਰਸ਼ਾ ਲੈ ਕਰਕੇ ਸਤਨਾਮ ਸ੍ਰੀ ਵਾਹਿਗੁਰੂ ਕਹਿ ਕੇ ਤਿੰਨ ਵਾਰੀ ਧਰਤੀ ਦੇ ਵਿੱਚ ਮਾਰਿਆ ਉਸ ਪਥਰੀਲੀ ਜ਼ਮੀਨ ਦੇ ਵਿੱਚੋਂ ਤਿੰਨ ਨਿਰਮਲ ਜਲ ਦੀਆਂ ਧਾਰਾਂ ਵਹਿ ਉੱਠੀਆਂ ਸਤਿਗੁਰਾਂ ਨੇ ਨਾਮ ਰੱਖਿਆ ਤ੍ਰਿਵੈਣੀ ਸਾਹਿਬ ਅੱਜ ਵੀ ਉਹ ਜਲ ਉਸੇ ਤਰ੍ਹਾਂ ਨਿਰੰਤਰ ਚੱਲਦਾ ਹੈ ਔਰ ਸੰਗਤਾਂ ਛਕ ਕੇ ਆਨੰਦ ਮਾਣਦੀਆਂ ਨੇ ਹਰ ਬਸੰਤ ਪੰਚਮੀ ਵਾਲੇ ਦਿਨ ਸਤਿਗੁਰਾਂ ਦੇ ਵਿਆਹ ਪੁਰਬ 'ਤੇ ਉੱਥੇ ਭਾਰੀ ਜੋੜ ਮੇਲਾ ਲੱਗਦਾ ਹੈ ਦੂਜੀ ਸਾਖੀ ਜਦੋਂ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਮਸਤ ਹਾਥੀ ਦਾ ਮੁਕਾਬਲਾ ਕਰ ਰਹੇ ਸਨ ਤਾਂ ਉਸ ਵੇਲੇ ਰਾਜਾ ਕੇਸਰੀ ਚੰਦ ਉਹਨੇ ਭਾਰੀ ਫੌਜ ਲੈ ਕਰਕੇ ਸ੍ਰੀ ਅਨੰਦਪੁਰ ਸਾਹਿਬ ਜੀ ਉੱਤੇ ਚੜ੍ਹਾਈ ਕੀਤੀ ਉਹ ਆਪਣੇ ਜਰਨੈਲਾਂ ਨੂੰ ਇਹ ਗੱਲ ਕਹਿ ਕੇ ਆਇਆ ਸੀ ਕਿ ਮੈਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੂੰ ਜਿਉਂਦਾ ਫੜ ਕੇ ਲੈ ਕੇ ਆਵਾਂਗਾ ਜਾਂ ਉਹਨਾਂ ਦਾ ਅਸੀਸ ਲੈ ਕੇ ਆਵਾਂਗਾ ਜਦੋਂ ਇਸ ਗੱਲ ਦਾ ਪਤਾ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਦੇ ਭਰਾਤਾ ਭਾਈ ਸਾਹਿਬ ਭਾਈ ਉਦੈ ਸਿੰਘ ਜੀ ਨੂੰ ਲੱਗਾ ਤਾਂ ਉਹਨਾਂ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋ ਕਰਕੇ ਬੇਨਤੀ ਕੀਤੀ ਸਤਿਗੁਰੂ ਜੀ ਜਿਹੜਾ ਦੁਸ਼ਟ ਪਾਪੀ ਆਪ ਜੀ ਦੇ ਸੀਸ
ਇਸ ਉੱਪਰ ਲਿਖਿਆ ਹੋਇਆ ਉਰਦੂ ਅੱਖਰਾਂ ਵਿੱਚ ਕਾਰਖਾਨਾ ਲਾਹੌਰ, ਜਿਸ ਤੋਂ ਸਿੱਧ ਹੁੰਦਾ ਹੈ ਕਿ ਲਾਹੌਰ ਦੇ ਕਿਸੇ ਕਾਰਖਾਨੇ ਦੀ ਬਣੀ ਹੋਈ ਹੈ। ਇੱਕ ਗੁਰਸਿੱਖ ਪ੍ਰੇਮੀ ਨੇ ਬੜੇ ਪ੍ਰੇਮ ਦੇ ਸਾਧ ਸੰਗਤ ਜੀ, ਇਹ ਸ਼ਸਤਰ ਦਾ ਨਾਮ ਹੈ ਸੈਫ, ਇਹਨੂੰ ਅਰਬੀ ਦੇ ਵਿੱਚ ਜ਼ੁਲਫਕਾਰ ਵੀ ਕਿਹਾ ਜਾਂਦਾ ਹੈ, ਇਸਲਾਮ ਧਰਮ ਦਾ ਧਾਰ। ਸਾਧ ਸੰਗਤ ਜੀ, ਇਹ ਸ਼ਸਤਰ ਦਾ ਨਾਮ ਹੈ ਸ਼ਮਸ਼ੀਰੇ ਤੇਗ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਸ ਦੀ ਵਰਤੋਂ ਉਸ ਵਕਤ ਕਰਿਆ ਕਰਦੇ ਸਨ ਜਦੋਂ ਦੁਸ਼ਮਣ ਨੇ ਸੰਜੋਗ ਪਹਿਨੀ ਹੋਵੇ। ਸੰਗਤ ਜੀ, ਇਹ ਸੁਨਹਿਰੀ ਚੱਕਰ ਕਿਸੇ ਗੁਰਸਿੱਖ ਪ੍ਰੇਮੀ ਨੇ ਬੜੇ ਪ੍ਰੇਮ ਦੇ ਨਾਲ ਤਿਆਰ ਕੀਤਾ। ਇਸ ਉੱਪਰ 22 ਪੌੜੀਆਂ ਸ੍ਰੀ ਜਪਜੀ ਸਾਹਿਬ ਜੀ ਦੀਆਂ ਉੱਕਰੀਆਂ ਹੋਈਆਂ ਹਨ। ਇਹ ਚੱਕਰ ਤਿਆਰ ਕਰਕੇ ਉਸ ਨੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੂੰ ਭੇਟਾ ਕੀਤਾ। ਸਤਿਗੁਰਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਹੈ, ਗੈਡੇ ਦੀ ਖੱਲ ਦੀ ਬਣੀ ਹੋਈ ਹੈ, 350 ਸਾਲ ਪੁਰਾਣੀ ਹੈ। ਉਸ ਸਮੇਂ ਦਾ ਕੋਈ ਵੀ ਸ਼ਸਤਰ ਇਹਦੇ ਉੱਤੇ ਕਾਰਾਗਰ ਨਹੀਂ ਹੁੰਦਾ ਸੀ। ਸੰਗਤ ਜੀ, ਉਹ ਭਾਈ ਸਾਹਿਬ ਜੀ ਦੇ ਸੱਜੇ ਹੱਥ ਵਿੱਚ ਜਿਹੜਾ ਸ਼ਸਤਰ ਹੈ ਵੱਡਾ ਬਰਸ਼ਾ, ਔਰ ਦੂਜੇ ਹੱਥ ਵਿੱਚ ਹੈ ਛੋਟੀ ਬਰਸ਼ੀ। ਇਹ ਦੋਨੋਂ ਸ਼ਸਤਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਹਨ। ਸਤਿਗੁਰੂ ਜੀ ਇਹਨਾਂ ਦੀ ਵਰਤੋਂ ਹਾਥੀ ਜਾਂ ਘੋੜੇ ਉੱਤੇ ਸਵਾਰ ਹੋ ਕੇ ਕਰਿਆ ਕਰਦੇ ਸਨ। ਹਰ ਗੁਰ ਹਰ ਗੋਬਿੰਦ ਅਤੋਲਾ, ਦੀਨ ਦੁਨੀ ਦਾ ਪਾਤਸ਼ਾਹ 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 ਅਡੋਲਾ, ਇਹ ਤੇਗਾ ਮੇਰੇ ਪੀਰੀ ਦੇ ਮਾਲਕ ਸ਼ਹਿਨਸ਼ਾਹ ਪਿਤਾ, ਦੇਗ ਤੇ ਤੇਗ ਦੇ ਧਣੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਹੈ। ਭਾਈ ਸਾਹਿਬ ਜੀ ਦੇ ਸੱਜੇ ਹੱਥ ਵਿੱਚ ਜਿਹੜਾ ਸ੍ਰੀ ਸਾਹਿਬ ਹੈ, ਨੌਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਹੈ। ਇਸ ਸ੍ਰੀ ਸਾਹਿਬ ਜੀ ਦੇ ਨਾਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ 13 ਸਾਲ ਦੀ ਉਮਰ ਦੇ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਮੈਦਾਨੇ ਜੰਗ ਅੰਦਰ ਬਹੁਤ ਭਾਰੀ ਜੰਗ ਕੀਤਾ। ਤੇਗ ਦੇ ਐਸੇ ਜੌਹਰ ਵਿਖਾਏ, ਤੇਗ ਦਾ ਧਣੀ ਹੋਣ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਉਹਨਾਂ ਦਾ ਨਾਮ ਰੱਖਿਆ ਤੇਗ ਬਹਾਦਰ। ਇਹ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਹੈ। ਇਹ ਸ੍ਰੀ ਸਾਹਿਬ ਸਤਿਗੁਰਾਂ ਨੇ ਸ੍ਰੀ ਦਮਦਮਾ ਸਾਹਿਬ ਜੀ ਵਿਖੇ ਭਾਈ ਤਰਲੋਕ ਸਿੰਘ, ਭਾਈ ਰਾਮ ਸਿੰਘ ਜਿਨ੍ਹਾਂ ਨੇ ਸ੍ਰੀ ਚਮਕੌਰ ਸਾਹਿਬ ਜੀ ਦੇ ਸ਼ਹੀਦਾਂ ਦਾ ਸੰਸਕਾਰ ਕੀਤਾ ਸੀ, ਭਾਈ ਤਰਲੋਕ ਸਿੰਘ ਜੀ ਨੂੰ ਬਖਸ਼ਿਸ਼ ਕੀਤਾ। ਭਾਈ ਸਾਹਿਬ ਜੀ ਦੇ ਸੱਜੇ ਹੱਥ ਵਿੱਚ ਜਿਹੜਾ ਸ੍ਰੀ ਸਾਹਿਬ ਜਿਹੜੀ ਕਿਰਪਾਨ ਹੈ, ਇਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਗਾਤਰੇ ਦੀ ਕਮਰ ਕੱਸੇ ਦੀ ਕਿਰਪਾਨ ਹੈ। ਇਸ ਉੱਪਰ ਲਿਖਿਆ ਹੋਇਆ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੇ ਕਮਰ ਕੀ ਤਲਵਾਰ ਹੈ, ਵਧੇ ਦੇਗ ਤੇ ਜਾਂ ਤੇਗ ਤੇ। ਦੂਸਰੇ ਹੱਥ ਵਿੱਚ ਜਿਹੜਾ ਸ੍ਰੀ ਸਾਹਿਬ ਹੈ, ਇਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਹੈ। ਇਸ ਸ਼ਸਤਰ ਦਾ ਨਾਮ ਹੈ ਛੋਟੀ ਬਰਸ਼ੀ, ਇਹਨੂੰ ਭਾਲਾ ਵੀ ਕਿਹਾ ਜਾਂਦਾ। ਉਧਰ ਦਰਸ਼ਨ ਕਰਨ ਗੁਰਦੁਆਰਾ ਸੀਸਗੰਜ ਸਾਹਿਬ
ਇੱਧਰ ਇਹਨਾਂ ਦੀ ਬਸ ਹੋ ਗਈ ਆ, ਇੱਧਰ ਵੇਖੋ।